ਸਤਿ ਸ਼੍ਰੀ ਅਕਾਲ ਪੁੱਲਰ ਸਾਹਿਬ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਹੋਰ ਲਵਪ੍ਰੀਤ ਐਤਕੀ ਇੰਨੀ ਲੇਟ ਕਿਵੇਂ ਕਿ ਠੇਕੇ ਤੇ ਜ਼ਮੀਨ ਨਹੀਂ ਲੈਣੀ ਯਾਰ ਠੇਕੇ ਤੇ ਜ਼ਮੀਨ ਤਾਂ ਲੈਣੀ ਆ 5 ਸਾਲ ਹੋ ਗਏ ਮੇਰੇ ਕੋਲ ਹੀ ਆ ਪਰ ਯਾਰ ਨਾ ਇਸ ਵਾਰ ਝੋਨਾ ਵੀ ਘੱਟ ਹੋਇਆ ਤੇ ਰਹਿੰਦਾ ਹੁੰਦਾ ਹੁਣ ਮੀਂਹ ਪੈ ਗਿਆ ਤੇ ਕਣਕ 'ਚ ਪਾਣੀ ਗੋਡੇ ਗੋਡੇ ਕਰੇਗਾ ਲੈਣੀ ਤਾਂ ਸੀਗੀ ਤੇ ਥੋੜ੍ਹਾ ਜਿਹਾ ਨਾ ਮੈਂ ਗਲਤ ਚੱਲ ਗਿਆ ਤੇ ਸਿਰ 'ਤੇ ਨਾ ਕਰਜ਼ਾ ਵੀ ਵਾਹ ਵਾਹ ਹੀ ਹੋ ਗਿਆ ਕਰਜ਼ਾ ਤੇਰੇ 'ਤੇ ਕਰਜ਼ਾ ਕਿਵੇਂ ਹੋ ਗਿਆ ਯਾਰ ਕੀ ਦੱਸਾਂ ਮੈਂ ਤੈਨੂੰ ਆ ਵੋਟਾਂ ਪਈਆਂ ਸੀ ਨਾ ਕਹਿੰਦੇ ਮੈਂ ਆਪਣੀ ਸਰਕਾਰ ਕਹਿੰਦੀ ਸੀ ਵੀ ਤੁਹਾਡੇ ਸਾਰੇ ਕਰਜ਼ੇ ਮਾਫ਼ ਕਰਾਂਗੇ ਮੈਂ ਫਿਰ ਵਿਆਜ ਵਿਊਜ ਭਰਿਆ ਹੀ ਨਹੀਂ ਗਿਆ ਮੈਂ ਕਰਜ਼ੇ ਤਾਂ ਮਾਫ਼ ਹੋਈ ਜਾਂਦੇ ਅੱਛਾ ਉਹਦੇ ਕਰਕੇ ਹੋ ਗਿਆ ਡਿਫਾਲਟਰ ਅਤੇ ਹੁਣ ਨਿੱਤ ਬੈਂਕ ਵਾਲੇ ਮੈਨੂੰ ਭਾਲਦੇ ਫਿਰਦੇ ਰਹਿੰਦੇ ਆ ਮੈਨੂੰ ਤਾਂ ਐਂ ਲੱਗਦਾ ਵੀ ਉਹ ਗੱਡੀ ਜਾਂਦੀ ਹੈ ਨਾ ਉਹ ਵੀ ਸਾਡੇ ਕਰੀ ਜਾਊਗੀ ਵਾਹ ਜੱਟਾ ਤੂੰ ਤਾਂ ਨਾ ਉਹਦੇ ਭੈਣ ਤੇ ਕਵਾੜੀ ਮਾਰ ਲਈ ਉਹ ਪੈਰ ਤੇ ਕਵਾੜੇ ਗਾ ਉਹਨੇ ਕਵਾੜੇ ਤੇ ਪੈਰ ਮਾਰ ਲਿਆ ਇਹ ਵੀ ਕੰਮ ਪਛਤਾਈ ਜਾਂਦਾ ਇਹ ਵੀ ਗੱਲ ਤੇਰੀ ਸਹੀ ਕਿਆ ਯਾਰ ਚੱਲ ਠੇਕੇ ਤੇ ਮੈਂ ਲਊਂਗਾ ਤੈਨੂੰ ਪਤਾ ਹੀ ਆ ਯਾਰ ਤੇ ਪਿਛਲੀ ਵਾਰ ਵੀ ਮੇਰੇ ਕੋਲ 60,000 ਨੂੰ ਸੀਗੀ ਜੇ ਇਸ ਵਾਰ ਵੀ 60 ਚ ਹੀ ਮੰਨ ਜੇ ਤਾਂ ਯਾਰ ਵਾਹ ਵੇ ਜੱਟਾ ਕੱਲ ਹੀ ਮੈਨੂੰ ਨਾ ਕੱਲ ਹੀ ਕੇਜਰੀਵਾਲ ਟੱਕਰ ਆਪਣੇ ਪਿੰਡਾਂ ਉਹ ਕਹਿੰਦਾ ਮੈਂ ਤੈਨੂੰ ਖੜੇ ਪੈਰ 62,000 ਦਿੰਦਾ ਹੁਣ ਤੂੰ ਦੱਸ ਤੂੰ ਕਿੰਨੇ ਦੇਂਗਾ ਯਾਰ 5 ਸਾਲ ਹੋ ਗਏ ਮੇਰੇ ਕੋਲ ਹੀ ਹੁੰਦੀ ਆ ਮੈਂ ਵੀ ਫਿਰ ਚੰਨੀ ਨੂੰ ਐਲਾਨ ਨਹੀਂ ਕਰਦਾ ਗਾ ਪੈਂਡ ਯਾਰ ਗੱਲ ਸੁਣ ਚੰਨੇ ਵਾਂਗੂ ਐਲਾਨ ਹੀ ਨਾ ਕਰੀ ਰਾਵਾ ਦੇਣੇ ਵੀ ਪੈਣਗੇ ਇਹ ਖੜ ਜਾ ਖਲੋ ਜਾ ਫਿਰ ਮੈਨੂੰ ਐਨਕਾ ਲਾ ਲੈਂਦੇ ਮੈਂ ਨਾ ਅਗਾਹ ਵਾਧੂ ਕਿਸਾਨ ਆ ਨਾਲੇ ਅੱਗੇ ਕਦੇ ਦਿੱਤੇ ਨਹੀਂ ਦਿੱਤੇ ਆ ਹਾਂ 65,000 ਰੁਪਇਆ ਤੈਨੂੰ ਸਭ ਤੋਂ ਪਹਿਲੀਆਂ 'ਚ ਲੈ ਕੇ ਦਊਂਗਾ ਸਾਰੇ ਨੋਟ ਵੀ 2,000 ਦੇ ਆਉਣਗੇ 2,000 ਦੇ ਠੀਕ ਆ ਕੋਈ ਨਕਲੀ ਲੈਂਦੇ ਕਿਤੇ ਠੀਕ ਹੈ ਚੰਗੋ ਜਾਂਦਾ ਮੈਂ ਚੰਗਾ ਤੁਹਾਡੇ ਵਰਗੇ ਅਗਾਂਹ ਵਾਧੂ ਕਿਸਾਨ ਸਾਨੂੰ ਚਾਹੀਦੇ ਆ ਮੈਂ ਤਾਂ 62,000 ਨੂੰ ਕਿੱਲਾ ਦੇਣ ਨੂੰ ਫਿਰਦਾ ਸੀ ਆਹ ਚੰਨੀ ਦੇ ਐਲਾਨਾਂ ਨੇ ਤਾਂ ਸਵਾਦ ਹੀ ਲਿਆ ਤਾ ਤੁਹਾਡੇ ਵਰਗੇ ਗਾਂਹ ਵਾਧੂ ਕਿਸਾਨ 65,000 ਨੂੰ ਕਿੱਲਾ ਹਾਂ ਫਿਰ ਲੱਭਦੇ ਦੁਬਾਰੇ ਕਿਵੇਂ ਯਾਰ ਇੱਕ ਗੱਲ ਰਹਿ ਗਈ ਸੀ ਦੇਖ ਮੈਂ 65,000 ਰੁਪਇਆ ਤੈਨੂੰ ਵੀ ਦੇਣਾ ਤੇ ਤੇਰੀ ਜਾਣੋਸ਼ਨ ਵਾਹ ਵਾ ਜੇ ਕਿਤੇ ਲੋਨ ਦਵਾ ਦੇ ਯਾਰ ਮੈਨੂੰ ਕੋਈ ਗੱਲ ਨੀ ਆਪਣੀ ਜਾਣੋਸ਼ਨ ਬਹੁਤ ਆ ਲੋਨ ਕਿੰਨਾ ਮਰਜ਼ੀ ਕੋਈ ਗੱਲ ਨੀ ਬਾਕੀ ਹੁਣ ਇੱਕ ਗੱਲ ਤੁਸੀਂ ਵੀ ਯਾਦ ਰੱਖਣੀ ਹੈ ਵੀਡੀਓ ਵਧੀਆ ਲੱਗੇ ਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਜੇਕਰ ਇਹੀ ਵੀਡੀਓ ਤੁਸੀਂ ਫੇਸਬੁੱਕ ਪੇਜ 'ਤੇ ਦੇਖ ਰਹੇ ਹੋ ਤਾਂ ਆਪਣੇ ਪੇਜ ਨੂੰ ਫੋਲੋ ਕਰਨਾ ਵੀ ਬਿਲਕੁਲ ਨਾ ਭੁੱਲਣਾ ਬਈ ਇੱਕ ਗੱਲ ਭੁੱਲ ਗਿਆ ਕਿਹੜੀ ਵੀਡੀਓ ਨੂੰ ਲਾਈਕ ਅਤੇ ਦੱਬ ਕੇ ਸ਼ੇਅਰ ਕਰਨੀ ਆ ਤੁਹਾਡੇ ਕਿਹੜਾ ਹੱਥ ਤੱਕਦੇ ਆ